ਬਾਣੀ ਗੁਰੂਆਂ ਦੀ ਹੈ, ਮੈਂ ਗੁਰੂ ਬਣਾ ਚੱਲਿਆ, ਤੁਹਾਨੂੰ ਹੱਸਦੇ ਦੇਖਣ ਲਈ ਮੈਂ ਸਰਬੰਸ ਲੁਟਾ ਚੱਲਿਆ, ਵੈਰੀ ਨਾਲ ਲੜਨ ਲਈ ਤੁਹਾਨੂੰ ਸ਼ੇਰ ਬਣਾ ਚੱਲਿਆ, ਤੁਹਾਨੂੰ ਫਤਿਹ ਮਿਲੇ ਇਸ ਲਈ ਮੈਂ ਫਤਿਹ ਬੁਲਾ ਚੱਲਿਆ। ਟੁਡੇ ਔਨ ਦਾ ਬਿਹਾਫ ਆਫ ਆਲ ਦਾ ਸਟਾਫ ਮੈਂਬਰਸ ਐਂਡ ਸਟੂਡੈਂਟਸ ਆਫ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ, ਆਈ ਪੇ ਮਾਈ ਸਿੰਸੀਅਰ ਗ੍ਰੈਟੀਟਿਊਡ ਐਂਡ ਹਰਟਲੀ ਸੈਲਿਊਟ ਟੂ ਮਾਟੀਅਮ ਆਫ ਫੋਰ ਸਾਹਿਬਜ਼ਾਦੇ, ਦ ਖਾਲਸਾ ਵੈਰੀਅਰਸ, ਦ ਪ੍ਰਿੰਸਿਸ ਆਫ ਗੁਰੂ ਗੋਬਿੰਦ ਸਿੰਘ ਜੀ ਐਂਡ ਮਾਤਾ ਗੁਜਰੀ ਜੀ। ਮੈਂ ਅੱਜ ਗੁਰੂ ਤੇਗ ਬਹਾਦੁਰ ਪਬਲਿਕ ਸਕੂਲ ਦੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਕਰਦੀ ਹਾਂ। ਦਸ਼ਮੇਸ਼ ਪਿਤਾ ਕੌਮ ਦੇ ਲਈ ਸਰਬੰਸ ਆਪਣੀ ਵਾਰ ਗਏ, ਸੀਨਾ ਕੀਤੀ ਮੂੰਹੋਂ ਪਰ ਕੁਰਬਾਨ ਕਰ ਪੁੱਤ ਚਾਰ ਗਏ, ਸ਼ੀਤ ਹਵਾ ਅਤੇ ਠੰਡੀਆਂ ਲਹਿਰਾਂ ਠੰਡਾ ਬੁਰਜ ਕੀ ਕਹਿੰਦਾ ਹੋ, ਮਾਂ ਗੁਜਰੀ ਅਤੇ ਕੀ ਬੀਤੀ ਹੋ, ਧੰਨ ਬੱਚਿਆਂ ਦਾ ਕੀ ਸਹਿੰਦਾ ਹੋ, ਸੂਬਾ ਸਰਹੰਦ ਦਾ ਫਤਵਾ ਪੜ੍ਹ ਕੇ ਕਿੰਝ ਕਿਲਾ ਵੀ ਕੰਬਿਆ ਹੋ, ਮਾਤਾ ਗੁਜਰੀ ਦਾ ਕਲੇਜਾ ਕਿੰਝ ਗਮ ਦੇ ਵਿੱਚ ਡੁੱਬਿਆ ਹੋ, ਲੱਗੇ ਤੀਰ ਕਲੇਜੇ ਵੇਖ ਕਿੰਝ ਜਿਗਰਾ ਵੱਡਾ ਕੀਤਾ ਹੋ, ਵੇਖ ਗੜੀ ਚਮਕੌਰ ਵਾਲੀ ਕਿੰਝ ਦਿਲ ਦੇ ਜ਼ਖਮਾਂ ਨੂੰ ਸਿਉਂਤਾ ਹੋ, ਨਿੱਕੇ ਨਿੱਕੇ ਮਾਸੂਮ ਜਏ ਜਦ ਕੰਧਾਂ ਦੇ ਵਿੱਚ ਚਿਣੇ ਹੋਣੇ, ਮਾਤਾ ਗੁਜਰੀ ਨੇ ਵੀ ਆਪਣੇ ਸਵਾਸ ਉਦੋਂ ਹੀ ਗਿਣੇ ਹੋਣੇ, ਗੁਰੂ ਪਿਤਾ ਤਾਂ ਦੇ ਕੁਰਬਾਨੀ ਆਪਣੀ ਕੌਮ ਦਾ ਮੁੱਲ ਤਾਰ ਗਏ, ਸੀਨਾ ਕੀਤੀ ਮੂੰਹੋਂ ਪਰ ਕੁਰਬਾਨ ਕਰ ਪੁੱਤ ਚਾਰ ਗਏ, ਕੁਰਬਾਨ ਕਰ ਪੁੱਤ ਚਾਰ ਗਏ। 10th guru of Sikh is Shri Guru Gobind Singh Ji. He was born on 26th December and in the year of 1666. His father name was Shri Guru Tegh Bahadur Ji and mother name was Mata Gujri Ji. Guru Gobind Singh Ji Sikhan de 10th guru jinna da janam 26 December 1606 Isvi nu Patna Sahib vikhe pita Guru Tegh Bahadur Ji ate Mata Gujri Ji de kukho hoya। ਆਪ ਜੀ ਬੜੇ ਨੀਡਰ, ਸੂਝਵਾਨ ਅਤੇ ਮਹਾਨ ਯੋਧਾ ਹੋਏ। ਆਪ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਿਆ। ਆਪ ਜੀ ਨੇ ਅੰਮ੍ਰਿਤ ਛਕਾ ਕੇ ਸਿੰਘ ਸਜਾਏ ਅਤੇ ਪੰਜ ਪਿਆਰਿਆਂ ਦੀ ਪਦਵੀ ਬਖਸ਼ੀਸ਼ ਦਿੱਤੀ ਅਤੇ ਫਿਰ ਆਪ ਅੰਮ੍ਰਿਤ ਛਕ ਕੇ ਸਿੰਘ ਸਜੇ। ਕਿਨੇ ਗਿੱਦੜ ਕੀਤੇ ਸ਼ੇਰ, ਕਿਨੇ ਗਿੱਦੜ ਕੀਤੇ ਸ਼ੇਰ, ਗੁਰੂ ਗੋਬਿੰਦ ਸਿੰਘ ਜੀ ਨੇ ਕਿਨੇ ਜ਼ਾਲਮ ਮਾਰੇ ਕੇਰ, ਕਿਨੇ ਜ਼ਾਲਮ ਮਾਰੇ ਕੇਰ, ਗੁਰੂ ਗੋਬਿੰਦ ਸਿੰਘ ਜੀ ਨੇ ਕਿਨੇ ਛੱਡੀ ਮੇਰ ਤੇ ਤੇਰ, ਕਿਨੇ ਛੱਡੀ ਮੇਰ ਤੇ ਤੇਰ, ਗੁਰੂ ਗੋਬਿੰਦ ਸਿੰਘ ਜੀ ਨੇ ਕਿਨੇ ਸਾਧੂ ਕਰੇ ਦਲੇਰ, ਕਿਨੇ ਸਾਧੂ ਕਰੇ ਦਲੇਰ, ਗੁਰੂ ਗੋਬਿੰਦ ਸਿੰਘ ਜੀ ਨੇ ਜਿਨੇ ਅੰਮ੍ਰਿਤ ਕੀਤਾ ਤਿਆਰ, ਜਿਨੇ ਅੰਮ੍ਰਿਤ ਕੀਤਾ ਤਿਆਰ, ਗੁਰੂ ਗੋਬਿੰਦ ਸਿੰਘ ਜੀ ਨੇ ਜਿਨੇ ਵਾਰਿਆ ਸਭ ਪਰਿਵਾਰ, ਜਿਨੇ ਵਾਰਿਆ ਸਭ ਪਰਿਵਾਰ, ਗੁਰੂ ਗੋਬਿੰਦ ਸਿੰਘ ਜੀ ਨੇ ਜਿਨੇ ਦਾਸ ਕਰੇ ਸਰਦਾਰ, ਜਿਨੇ ਦਾਸ ਕਰੇ ਸਰਦਾਰ, ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਵੱਧ ਰਹੀ ਸੋਭਾ ਸੁਣ ਕੇ ਮੁਗਲ ਤਿਲ ਮਿਲਾ ਉੱਠੇ। ਇਸ ਦੌਰਾਨ ਗੁਰੂ ਜੀ ਨੂੰ ਕਈ ਜੰਗਾਂ ਕਰਨੀਆਂ ਪਈਆਂ ਜਿਸ ਨਾਲ ਉਹਨਾਂ ਦਾ ਸਾਰਾ ਪਰਿਵਾਰ ਕੁਰਬਾਨ ਹੋ ਗਿਆ। ਆਪ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ 'ਤੇ ਗੁਰੂ ਤੇਗ ਬਹਾਦਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਪੇਸ਼ ਹੈ ਜੀ। ਬਾੜੇ ਦਾ ਬੇਨਤੀ ਕਰੇ ਹਵਾ ਮਾਰੂ,
ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਅਤੇ ਦੋ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਗਏ। ਬੱਚੇ ਸੀ ਮਾਸੂਮ, ਭਾਵੇਂ ਹੌਸਲੇ ਬੁਲੰਦ ਸੀ, ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ, ਜਾਣ ਵੇਲੇ ਮੌਤ ਵੱਲ ਹੱਸ ਹੱਸ ਵੇਖਦੇ ਸੀ। ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ, ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ। ਇਫ ਵੀ ਸੀ ਦਾ ਲਾਈਫ ਆਫ ਆਲ ਫੋਰ ਸਨਸ ਆਫ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਵਾਸ ਐਲਡਰ ਸਨ ਆਫ ਗੁਰੂ ਜੀ ਐਂਡ ਹੀ ਵਾਸ ਬੋਰਨ ਇਨ 1686 ਇਨ ਅਨੰਦਪੁਰ ਸਾਹਿਬ। ਅਜੀਤ ਮੀਨਸ ਦ ਵਿਨਰ, ਦੈਟ ਇਜ਼ ਅਨਬੀਟੇਬਲ, ਦੈਟ ਕੈਨ ਨੈਵਰ ਬੀ ਡਿਫੀਟਡ। ਸਾਹਿਬਜ਼ਾਦਾ ਜੁਝਾਰ ਸਿੰਘ ਵਾਸ ਸੈਕਿੰਡ ਸਨ ਆਫ ਗੁਰੂ ਜੀ ਐਂਡ ਹੀ ਵਾਸ ਬੋਰਨ ਇਨ 1689। ਜੁਝਾਰ ਮੀਨਸ ਅ ਵੈਰੀਅਰ ਵਨ ਹੂ ਸਟਰਗਲਸ। ਜੇ ਆਪਾਂ ਚਾਰੇ ਪੁੱਤਰਾਂ ਦਾ ਜੀਵਨ ਵੇਖੀਏ ਤਾਂ ਬਾਬਾ ਅਜੀਤ ਸਿੰਘ ਜੀ ਸਭ ਤੋਂ ਵੱਡੇ ਸਪੁੱਤਰ ਸਨ। ਆਪ ਜੀ ਦਾ ਜਨਮ 1686 ਈਸਵੀ ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਅਜੀਤ ਸਿੰਘ ਦਾ ਅਰਥ ਹੈ ਜਿਸ ਨੂੰ ਕੋਈ ਜਿੱਤ ਨਾ ਸਕੇ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੂਜੇ ਸਪੁੱਤਰ ਸਨ। ਆਪ ਜੀ ਦਾ ਜਨਮ 1679 ਈਸਵੀ ਨੂੰ ਹੋਇਆ। ਜੁਝਾਰ ਤੋਂ ਭਾਵ ਹੈ ਜੁੱਝਣ ਵਾਲਾ। ਆਪ ਜੀ ਦੇ ਦੋਨੋਂ ਵੱਡੇ ਸਪੁੱਤਰ ਚਮਕੌਰ ਦੀ ਜੰਗ ਵਿੱਚ ਜੌਹਰ ਦਿਖਾਉਂਦੇ ਹੋਏ ਸ਼ਹੀਦ ਹੋ ਗਏ। ਬਾਬਾ ਜ਼ੋਰਾਵਰ ਸਿੰਘ ਜੀ ਐਂਡ ਬਾਬਾ ਫਤਿਹ ਸਿੰਘ ਜੀ ਆਰ ਆਲਸੋ ਨੋਨ ਐਸ ਨਿੱਕੀਆਂ ਜਿੰਦਾ। ਦੇ ਵਰ ਬੋਰਨ ਸਪੈਕਟਿਵਲੀ ਇਨ 1696 ਐਂਡ 1698 ਇਨ ਅਨੰਦਪੁਰ ਸਾਹਿਬ। ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਨਿੱਕੀਆਂ ਜਿੰਦਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹਨਾਂ ਦਾ ਜਨਮ 1696 ਅਤੇ 1698 ਵਿੱਚ ਅਨੰਦਪੁਰ ਸਾਹਿਬ ਵਿਖੇ ਹੋਇਆ। ਚਾਰੇ ਸਾਹਿਬਜ਼ਾਦੇ ਸ਼ਾਸਤਰ ਅਤੇ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਸਨ। 1704 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਖੁਸ਼ੀ ਖੁਸ਼ੀ ਰਹਿ ਰਹੇ ਸਨ, ਪਰੰਤੂ ਮੁਗਲਾਂ ਦੀਆਂ ਭੈੜੀਆਂ ਨੀਤੀਆਂ ਅਤੇ ਝੂਠੀਆਂ ਕਸਮਾਂ ਖਾਣ ਕਾਰਨ ਆਪ ਜੀ ਨੂੰ ਦਸੰਬਰ 1704 ਈਸਵੀ ਨੂੰ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਪਿਆ। ਰਾਤ ਸਮੇਂ ਆਪ ਜੀ ਸਿੰਘਾਂ ਦੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਸਰਸਾ ਨਦੀ ਵੱਲ ਹੋ ਤੁਰੇ। ਸੀ ਪੋਹ ਦਾ ਮਹੀਨਾ ਪਿਆ ਸਰਸਾ 'ਤੇ ਵਿਛੋੜਾ, ਇੱਕ ਇਸ ਪਾਰ ਦੂਜਾ ਉਸ ਪਾਰ ਹੰਸਾਂ ਦਾ ਜੋੜਾ, ਪਿਤਾ ਜੀ ਦੇ ਨਾਲ ਗੜੀ ਚਮਕੌਰ ਵਾਲੀ ਜਾ ਰਹੇ ਨੇ, ਤੇਰਾ ਭਾਣਾ ਮਿੱਠਾ ਲਾਗੇ ਮਾਤਾ ਜੀ ਸਮਝਾ ਰਹੇ ਨੇ,
ਨਿੱਕੀਆਂ ਨੇ ਜਿੰਦਾ ਪਰ ਹੌਸਲੇ ਅਡੋਲ ਨੇ ਜਾਨ ਕੌਮ ਲਈ ਵਾਰਾਂਗੇ ਸਾਹਿਬਜ਼ਾਦਿਆਂ ਦੇ ਬੋਲ ਨੇ ਸਾਹਿਬਜ਼ਾਦਿਆਂ ਦੇ ਬੋਲ। ਜਦੋਂ ਸਭ ਸਰਸਾ ਨਦੀ 'ਤੇ ਪਹੁੰਚੇ ਤਾਂ ਮੁਗਲਾਂ ਨੇ ਸਭ ਕਸਮਾਂ ਤੋੜ ਕੇ ਉਹਨਾਂ 'ਤੇ ਹਮਲਾ ਕਰ ਦਿੱਤਾ। ਇਸ ਨਾਲ ਸਰਸਾ ਦੇ ਚੜ੍ਹੇ ਪਾਣੀ ਦੇ ਨਾਲ ਸਾਰਾ ਪਰਿਵਾਰ ਬਿਖਰ ਗਿਆ। ਇਸ ਚਮਕ ਹੈ ਚਮਕੌਰ ਤੇਰੇ ਹਰ ਜਰੇ ਅੰਦਰ, ਚਮਕ ਹੈ ਚਮਕੌਰ ਤੇਰੇ ਹਰ ਜਰੇ ਅੰਦਰ, ਰਹਿੰਦੀ ਦੁਨੀਆ ਤੱਕ ਰਹੇਗਾ ਤੇਰਾ ਮੰਦਰ। ਹੁਣ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਨੂੰ ਲੈ ਕੇ ਚਮਕੌਰ ਦੀ ਗੜੀ ਵੱਲ ਚਲੇ ਗਏ ਅਤੇ ਇਸ ਗੜੀ ਨੂੰ ਮੁਗਲਾਂ ਨੇ ਆ ਕੇ ਘੇਰਾ ਪਾ ਲਿਆ। ਇੱਥੇ ਬਹੁਤ ਹੀ ਘਮਸਾਨ ਯੁੱਧ ਹੋਇਆ। ਇਸ ਯੁੱਧ ਵਿੱਚ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। ਉਸ ਸਮੇਂ ਬਾਬਾ ਅਜੀਤ ਸਿੰਘ 18 ਸਾਲ ਅਤੇ ਬਾਬਾ ਜੁਝਾਰ ਸਿੰਘ 15 ਸਾਲ ਦੇ ਸਨ। ਅਜੀਤ ਅਤੇ ਜੁਝਾਰ ਜੋ ਧਰਮ ਲਈ ਦੇ ਗਏ ਕੁਰਬਾਨੀ ਅਜੀਤ ਅਤੇ ਜੁਝਾਰ ਜੋ ਧਰਮ ਲਈ ਦੇ ਗਏ ਕੁਰਬਾਨੀ ਖੂਨ ਆਪਣਾ ਕਰ ਅਰਪਣ ਕਰ ਗਏ ਅਮਰ ਕਹਾਣੀ ਕਰ ਗਏ ਅਮਰ ਕਹਾਣੀ। ਦੂਜੇ ਪਾਸੇ ਮਾਤਾ ਗੁਜਰੀ ਜੀ ਆਪਣੇ ਛੋਟੇ ਪੁੱਤਰਿਆਂ ਨੂੰ ਲੈ ਕੇ ਤੁਰ ਪਏ। ਉਹ ਪਹਿਲੀ ਰਾਤ ਕਾਮਾ ਮਸਜਿਦ ਵਿੱਚ ਝੁੱਗੀ ਵਿੱਚ ਕੱਟੀ। ਅਗਲੇ ਦਿਨ ਉਹ ਗੰਗੂ ਬ੍ਰਾਹਮਣ ਨੂੰ ਮਿਲੇ ਜੋ ਕਿ ਗੁਰੂ ਘਰ ਦੇ ਰਸੋਈਆ ਸੀ, ਆਪਣੇ ਘਰ ਲੈ ਗਿਆ। ਪਰ ਉਹ ਬੇਈਮਾਨ ਸੀ। ਉਸਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮੁਗਲ ਪਾਤਸ਼ਾਹ ਨੂੰ ਦਿੱਤੀ। ਉਹਨਾਂ ਨੂੰ ਕੈਦ ਕਰ ਲਿਆ ਗਿਆ। ਨਵਾਬ ਵਜ਼ੀਰ ਖਾਨ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬਹੁਤ ਡਰਾਇਆ ਅਤੇ ਲਾਲਚ ਦਿੱਤਾ। ਉਹਨਾਂ ਨੇ ਸੂਬੇ ਨੂੰ ਗੱਜ ਕੇ ਜਵਾਬ ਦਿੱਤਾ। ਸਾਹਿਬਜ਼ਾਦੇ ਕਿਸੇ ਵੀ ਤਰ੍ਹਾਂ ਉਹਨਾਂ ਮੁਗਲਾਂ ਦੇ ਜਾਲ ਵਿੱਚ ਨਾ ਫਸੇ। ਆਏਗਾ ਦੀਏ ਜੁਦਾਈ ਦਾ।
ਪਹਿਲੀ ਦਸੰਬਰ 1704 ਨੂੰ ਦੋਹਾਂ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਨੀਹਾਂ ਵਿੱਚ ਚਿੰਨ੍ਹ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਹੋ ਗਏ।
ਸਾਹਿਬ ਜੀ ਪੋਤਿਆਂ ਦੀ ਲਸਾਨੀ ਸ਼ਹਾਦਤ ਦਾ ਦਰਦ ਨਾ ਸਹਿਣ ਕਰਦੇ ਹੋਏ ਉਹ ਆਪਣਾ ਸਰੀਰਕ ਝੋਲਾ ਛੱਡ ਗਏ। ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਅਤੇ ਕੁਰਬਾਨੀ ਰਹਿੰਦੀ ਦੁਨੀਆ ਤੱਕ ਯਾਦ ਰਹੇਗੀ। ਤੇਰੇ ਲਾਲਾ ਦਾ ਖੂਨ ਜੇ ਨਾ ਡੁੱਲਦਾ ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ, ਤਾਲੇ ਟੁੱਟਦੇ ਨਾ ਗੁਲਾਮੀਆਂ ਦੇ ਦੇਸ਼ ਉਵੇਂ ਹੀ ਅੱਜ ਮਹਤਾਜ ਰਹਿੰਦਾ, ਦਸ਼ਮ ਪਿਤਾ ਸਰਬੰਸ ਜੇ ਵਾਰਦੇ ਨਾ ਤਾਂ ਅੱਜ ਵੀ ਮੁੱਢਲਾਂ ਦਾ ਰਾਜ ਰਹਿੰਦਾ।